ਇਹ ਰਾਸ਼ਨ ਆ ਗਿਆ ਵਾ ਤੇ ਇਹਦੇ ਮੁਕੱਦਰਾਂ ਦਾ ਆਇਆ ਵਾ ਕਿ ਤੁਸੀਂ ਇਹਨਾਂ ਮਾਂ ਇਹਦਾ ਬਾਪ ਹੈ ਨਹੀਂ ਇਹਦੀ ਮਾਂ ਹੈ ਨਹੀਂ ਇਹਦਾ ਕੋਈ ਭਰਾ ਹੈ ਨਹੀਂ ਇਹਦੀ ਕੋਈ ਭੈਣ ਹੈ ਨਹੀਂ ਮਜ਼ਦੂਰ ਆ ਅਪਾਹਜ ਆ ਡਿਸੇਬਲ ਆ ਹਰ ਤਰੀਕੇ ਨਾਲ ਲੇਕਿਨ ਇਸਦੇ ਬਾਬਾ ਜੂ ਤੁਸੀਂ ਸੰਭਾਲੇ ਆ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸੀਂ ਜਾ ਰਹੇ ਸੀ ਮਰੀਦਵਾਲੇ ਤੋਂ ਮਾਮੂ ਕੰਨ ਤੇ ਰਸਤੇ ਵਿੱਚ 195 ਰੇਡੇ ਤੇ ਸਾਨੂੰ ਮਿਲ ਪਏ ਲਿਆ ਕੇ ਸਭ ਪੈਸੇ ਵਾਲੇ ਉਹਨੇ ਸਾਨੂੰ ਦੱਸ ਦਿੱਤਾ ਕਿ ਮਾਸਟਰ ਤੋਂ ਹਿੱਸਾ ਦੇ ਮੈਂ ਪਿੰਡ ਆ ਰਿਹਾ ਵਾਂ ਅਸੀਂ ਮੁੜ ਕੇ ਗੱਡੀਆਂ ਉਧਰ ਮੁੜ ਕੇ ਉਧਰ ਚਲੇ ਗਏ ਤਾਂ ਕਿ ਉਹਦੀ ਜ਼ਿਆਰਤ ਕੀਤੀ ਜਾ ਸਕੇ ਹੁਣ ਦੁਬਾਰਾ ਅਸੀਂ ਮਾਮੂ ਕੰਨ ਜਾ ਰਹੇ ਹਾਂ ਜਾ ਕੇ ਹੋਰ ਪਾਸੇ ਰਹੇ ਲੇਕਿਨ ਅੱਜੋ ਅੱਲਾ ਪਾਕ ਨਵਾਂ ਇੱਕ ਮੰਜ਼ਰ ਦਿਖਾਉਂਦਾ ਵਾ ਇਹ ਹੱਕ ਰਵਾਜ਼ ਤੇ ਜ਼ਬਰ ਤੇ ਤੁਹਾਡੀ ਟੀਮ ਨੂੰ ਪੂਰਾ ਇੱਕ ਮੰਜ਼ਰ ਦਿਖਾਤਾ ਗਿਆ ਕਿ ਦੇਖੋ ਤੁਸੀਂ ਜਾ ਰਹੇ ਹੋ ਇੰਨੀ ਦੂਰ ਪਹਿਲਾਂ ਰਸਤੇ ਤੇ ਦੇਖੋ ਆਓ ਦੇਖਦੇ ਹਾਂ ਇੱਕ ਛੋਟਾ ਜਿਹਾ ਟੀ ਸਟਾਲ ਬਣਾ ਕੇ ਕਿ ਬੰਦਾ ਕਿੱਦਾਂ ਜ਼ਿੰਦਗੀ ਬਸਰ ਕਰਦਾ ਇੱਥੇ ਕਿਉਂ ਟੀ ਸਟਾਲ ਬਣਾਇਆ ਇਹਨੂੰ ਕੀ ਮੁਸ਼ਕਲਾਂ ਨੇ ਔਰ ਵਨ ਸਵਨੇ ਕੱਪ ਕਿਉਂ ਨੇ ਕੀ ਕੀ ਵਜ੍ਹਾ ਕੀ ਆ ਅਸਲਾਮੁਅਲੈਕੁਮ ਕੀ ਹਾਲ ਹੈ ਠੀਕ ਠਾਕ ਗਰਮੀ ਨਾ ਮੇ ਕੋ ਬੋਲਿਆ ਜਾਂਦਾ ਨਾ ਤੇ ਕੋ ਬੋਲਿਆ ਜਾਂਦਾ ਗਰਮੀ ਬਹੁਤ ਜ਼ਿਆਦਾ ਵਾ ਜੀ ਸਰ ਕੀ ਨਾਮ ਜੀ ਆਪਣਾ ਤਨਵੀਰ ਸਾਜਦ ਤਨਵੀਰ ਸਾਜਦ ਤੇ ਕਿਹੜੇ ਪਿੰਡ ਦੇ ਰਹਿਣ ਵਾਲੇ 508 508 ਮਾਮੂ ਕੰਨ ਜੀ ਸਰ ਅੱਛਾ ਅੱਛਾ ਤੇ ਇਹ ਕਿੱਥੇ ਤੁਸੀਂ ਆਪਣਾ ਟੀ ਸਟਾਲ ਬਣਾਇਆ ਸਰ ਗੁਜ਼ਾਰਾ ਕਰ ਰਹੇ ਹਾਂ ਦੇਖੋ ਨਾ ਅੱਜ ਕੀ ਆ ਚਾਹ ਇਹ ਚ ਮੱਖੀਆਂ ਮੱਖੀਆਂ ਅੱਜ ਤੋਂ ਮੱਖੀਆਂ ਮੱਖੀਆਂ ਆ ਬਿਸਕੁਟ ਤੇ ਕੌਣ ਲੋਕ ਨੇ ਜਿਹੜੇ ਇੱਥੇ ਤੱਕ ਆਣ ਕੇ ਚਾਹ ਪੀਂਦੇ ਨੇ ਬਸ ਜੀ ਸਾਦਾ ਜਿਹਾ ਮਾਹੌਲ ਗੁਜ਼ਾਰਾ ਕਰ ਰਹੇ ਹਾਂ ਇਤਨੀ ਜ਼ਿਆਦਾ ਗੁੰਜਾਇਸ਼ ਨਹੀਂ ਹੈ ਕਿ ਥੋੜਾ ਜਿਹਾ ਜ਼ਿਆਦਾ ਕੰਮ ਕਰ ਲਈਏ ਗੁੰਜਾਇਸ਼ ਨਹੀਂ ਹੈਗੀ ਇਹਦੇ ਉਹ ਹਰਾ ਇਹ ਦੁਕਾਨ ਆਪਣੀ ਕਿਰਾਏ ਦੇ ਲਈ ਕਿਰਾਏ ਕਿੰਨਾ ਕਿਰਾਇਆ ਹੈ 1000 ਰੁਪਏ ਇਹ ਕਿ ਬਣਾਇਆ ਪੱਟੀ ਅੱਛਾ ਇਹ ਕੀ ਜਲਾਉਂਦੇ ਹੋ ਲੱਕੜੀ ਪਾਉਂਦੇ ਹੋ ਇਹ ਸਟੋਵ ਸਟਾਵ ਕੋਈ ਨਹੀਂ ਹੈ ਅੱਛਾ ਅੱਛਾ ਕੀ ਤੁਸੀਂ ਕਦੀ ਸੋਚਿਆ ਕਿ ਸਾਡਾ ਜ਼ਿੰਦਗੀ ਦਾ ਆੜਾ ਮਿਆਰ ਆ ਇਹ ਅੱਛੇ ਬਰਤਨ ਹੋਣ ਅੱਛਾ ਟੱਪ ਹੋਵੇ ਅੱਛਾ ਕਾਊਂਟਰ ਹੋਵੇ ਅੱਛੀ ਵਿੰਡੋ ਹੋਵੇ ਅਲਮਾਰੀ ਹੋਵੇ ਕਿੰਨਾ ਅੱਛਾ ਮਜ਼ੂਰ ਆ ਸਾਫ ਸੁਥਰੇ ਕੱਪੜੇ ਪਾਏ ਹੋਣ ਸਮਝ ਇਦਾਂ ਦੇ ਕੱਪੜਿਆਂ ਦੇ ਵਿੱਚ ਉਹ ਜੀ ਮੇਰੇ ਵੀਰ ਨੇ ਆਪਣੀ ਹਾਲਤ ਬਣਾਈ ਆ ਉਹ ਜਿਹਾ ਤੂੰ ਟੀ ਸਟਾਰ ਬਣਾਇਆ ਵਾ ਤੇ ਲੋਕ ਕਿੱਦਾਂ ਤੱਕੋ ਚਾਹ ਪੀ ਲੈਂਦੇ ਆ ਬਸ ਜੀ ਸਾਰਾ ਉਹ ਵੀ ਗਰੀਬ ਗੁਰਬਾ ਬਸ ਗਰੀਬ ਇਹ ਗਰੀਬ ਗੁਰਬਾ ਦਾ ਗਰੀਬ ਖਾਨਾ ਵਾ ਗਰੀਬ ਹੋਟਲ ਹੈ ਹੈ ਗਰੀਬ ਨਵਾਜ਼ ਹੋ ਤੁਸੀਂ ਚਲੋ ਜੀ ਸਰ ਇਸ ਤਰ੍ਹਾਂ ਹੀ ਗੁੰਜਾ ਨਹੀਂ ਸਰ ਆਓ ਤੇ ਆਓ ਅੱਛਾ ਦਿਲ ਤੇ ਕਰਦਾ ਹੈ ਕੰਮ ਥੋੜਾ ਜਿਹਾ ਵਧਾਉਣ ਵਾਸਤੇ ਅੱਛਾ ਇਤਨੀ ਅਜੇ ਗੁੰਜਾ ਨਹੀਂ ਕਿਤਨੀ ਉਮਰ ਹੈ ਤੁਹਾਡੀ ਮੇਰੀ ਉਮਰ ਤਕਰੀਬਨ ਹੈ ਜੀ ਕੋਈ 40 ਸਾਲ ਦੇ ਲਗਭਗ 40 ਸਾਲ ਦੇ ਲਗਭਗ ਕਿੰਨੇ ਅਰਸੇ ਤੋਂ ਇਹ ਕੰਮ ਕਰਦੇ ਪਏ ਇੱਥੇ ਤਕਰੀਬਨ ਜੀ 1 ਸਾਲ ਡੇਢ ਤੋਂ ਬਾਅਦ ਪਹਿਲੇ ਕੀ ਕਰਦੇ ਸੀ ਪਹਿਲੇ ਬਸ ਨੌਕਰੀ ਨੌਕਰੀ ਅੱਗੇ ਪਿੱਛੇ ਮੁੜਾ ਅੱਛਾ ਇੱਥੇ ਤੁਸੀਂ ਆਪਣੇ ਪਿੰਡ ਦੇ ਘਰ ਦੇ ਕੋਲ ਆ ਲੇਕਿਨ ਵਸਾਇਲ ਨਹੀਂ ਸੀ ਤੇ ਪਿਆਲੀਆਂ ਰੱਖ ਕੇ ਟੁੱਟੇ ਕੱਪ ਰੱਖ ਕੇ ਇਹ ਤੁਸੀਂ ਆਪਣਾ ਸਿਸਟਮ ਸ਼ੁਰੂ ਕਰ ਲਿਆ ਜੀ ਅਗਰ ਇੱਕ ਬੰਦੇ ਕੋਲ ਵਸਾਇਲ ਹੋਣ ਉਹ ਕਦੀ ਵੀ ਨਹੀਂ ਇਦਾਂ ਦਾ ਮਾਹੌਲ ਉਹਦੀ ਵਜ੍ਹਾ ਉਸ ਕੋਲ ਪੈਸੇ ਹੈ ਨਹੀਂ ਅਗਰ ਉਹ ਅੱਛਾ ਮਾਹੌਲ ਰੱਖੇਗਾ ਤਾਂ ਅੱਛੀ ਚਾਹ ਅੱਛੇ ਪੈਸੇ ਲੈ ਸਕੇਗਾ ਤੇ ਘਰ ਦੀ ਗੁਜ਼ਰ ਬਸਰ ਕਿਵੇਂ ਹੁੰਦੀ ਹੈ ਸਰ ਬਸ ਮਹਿੰਗਾਈ ਦਾ ਦੌਰ ਹੈ 4-5 ਬੰਦੇ ਬਸ ਦਾ ਮੁਸ਼ਕਿਲ ਜਿਹਾ ਗੁਜ਼ਾਰਾ ਹੁੰਦਾ ਅਗਰ ਜ਼ਿਆਦਾ ਪੈਸੇ ਹੁੰਦੇ ਤਾਂ ਸਮਾਨ ਨਵਾਂ ਲਓ ਬੱਚੇ ਕਿੰਨੇ 3 ਬੱਚੇ ਕਿੰਨੇ ਬੱਚੇ ਅੱਛਾ ਬੱਚੇ ਛੋਟੇ ਛੋਟੇ ਨੇ ਪੜਦੇ ਨੇ ਸਕੂਲ ਉਹਨੇ ਸਕੂਲ ਦੇ ਖਰਚਾਤ ਫੀਸਾਂ ਫਿਰ ਇਥੋਂ ਹੀ ਕਰ ਰਹੇ ਹਾਂ ਜੀ ਗੁਜ਼ਾਰਾ ਕਰ ਰਹੇ ਹਾਂ ਇਤਨਾ ਜ਼ਿਆਦਾ ਨਜ਼ਰ ਨਹੀਂ ਆਉਂਦਾ ਕਿ ਇਥੋਂ ਕਿਵੇਂ ਪੂਰੇ ਕਰਦੇ ਹੋ ਬਸ ਜੀ ਤੇ ਕੋਈ ਭੈਣ ਭਰਾ ਵੀ ਕੰਮ ਆਉਂਦਾ ਨਹੀਂ ਸਰ ਅੱਜ ਦੇ ਦੌਰ 'ਚ ਕੌਣ ਕੰਮ ਆਉਂਦਾ ਅੱਜ ਦੇ ਦੌਰ 'ਚ ਕੌਣ ਕੰਮ ਆਉਂਦਾ ਲੇਕਿਨ ਤੁਹਾਡੇ ਜ਼ਿਹਨ 'ਚ ਹੈ ਕਿ ਅਗਰ ਕੋਈ ਅੱਲਾ ਪਾਕ ਦੀ ਮਦਦ ਆਵੇ ਤੇ ਮੈਂ ਆਪਣੇ ਕੰਮ ਨੂੰ ਬਿਹਤਰ ਕਰ ਸਕਦਾ ਇਨਸ਼ਾਅੱਲਾ ਜੀ ਅੱਲਾ ਤਾਲਾ ਦਾ ਕੋਈ ਦੇ ਹੀ ਦੇਗਾ ਤੇ ਇਨਸ਼ਾਅੱਲਾ ਅੱਛਾ ਅੱਖਾਂ ਚਮਕ ਆਈ ਹੈ ਹੈ ਕਿਤਨੇ ਇੱਕ ਪੈਸੇ ਹੋਣ ਤੇ ਤੁਹਾਡਾ ਸਿਸਟਮ ਬਿਹਤਰ ਹੋ ਸਕਦਾ ਵਾ ਅੱਛਾ ਕਾਊਂਟਰ ਲੱਗ ਜਾਏ ਤੇ ਸ਼ੀਸ਼ੇ ਦੀ ਅਲਮਾਰੀ ਲੱਗ ਜਾਏ ਤਾਂ ਕਿ ਮੱਖੀ ਨਾ ਤੇ ਬੈਠੇ ਬਿਸਕੁਟ ਅੱਛੇ ਪਏ ਹੋਣ ਟੇਸਟ ਅੱਛੇ ਪਏ ਹੋਣ ਕਾਫੀ ਅੱਛੇ ਪਏ ਹੋਣ ਹੈ ਕਿੰਨੇ ਪੈਸੇ ਹੋਣ 40-50 ਹਜ਼ਾਰ ਰੁਪਏ ਹੋਵੇ ਤੇ ਇਨਸ਼ਾਅੱਲਾ ਸੈੱਟ 40-50 ਹਜ਼ਾਰ ਰੁਪਏ ਹੋਵੇ ਤੇ ਕੰਮ ਸੈੱਟ ਹੋ ਸਕਦਾ ਉਸ 40-50 ਹਜ਼ਾਰ 'ਚ ਕੀ ਹੋਏਗਾ ਸਰ ਇਹ ਕਾਊਂਟਰ ਬਣਵਾਵਾਂਗਾ ਉੱਤੇ ਕੋਈ ਮਤਲਬ ਸ਼ੀਸ਼ੇ ਦਾ ਕੰਮ ਇਹਨੂੰ ਕਲੀ ਸ਼ਰੀ ਹੋ ਜਾਏ ਚੁੱਲ੍ਹਾ ਇੱਥੇ ਬਣ ਜਾਵੇ ਫਸਟ ਕਲਾਸ ਗੈਸ ਵਾਲਾ ਚੁੱਲ੍ਹਾ ਹੋਵੇ ਅੱਛਾ ਇਹ ਸਹੀ ਬਤਰ ਜਿਹੜਾ ਲੇਕਿਨ ਇਹਨੇ ਥੜਾ ਵੀ ਲੱਗਣਾ ਹਾਂਜੀ ਹਾਂਜੀ ਰੋ ਜ਼ਫਰ ਜੀ ਅੱਲਾ ਪਾਕ ਦੀ ਤਰਫੋਂ ਇਹਦਾ ਥੜਾ ਵੀ ਇਹਦਾ ਕਾਊਂਟਰ ਵੀ ਇਹਦਾ ਅਲਮਾਰੀ ਵੀ ਇਹਦਾ ਸਮਾਨ ਵੀ ਪਿਆਲੀਆਂ ਵੀ ਕੱਪ ਵੀ ਚੀਨੀ ਵੀ ਲੈਚੀਆਂ ਵੀ ਰੱਖ ਲਿਓ ਲੈਚੀ ਪਾ ਕੇ ਚਾਹੇ ਪਿਆਈ ਪੈਸੇ ਵੱਧ ਲੱਗੇ ਸ਼ੱਕ ਨਹੀਂ ਇੱਦਾਂ ਨੇ ਕੱਪੜੇ ਸਾਫ ਪਾ ਕੇ ਖਲੋਤੇ ਇੱਦਾਂ ਦੇ ਨਹੀਂ ਲੋਕ ਕਹਿੰਦੇ ਆ ਤੇ ਆਪ ਲਿਬੜਾ ਲਿਬੜਾ ਨੇ ਸਾਨੂੰ ਚਾਹ ਕੀ ਪਿਉਣੀ ਹੈ ਠੀਕ ਹੈ ਲਿਆਓ ਜੀ ਨਾ ਵਾਸੇ अगर हमारी वीडियो पसंद आती है तो लाइक करें सब्सक्राइब करें
और बेल आइकन पे क्लिक करें। ये सब कुछ बन जाएगा, ठीक है? बहुत शुक्रिया सर, बहुत शुक्रिया। अल्लाह पाक, अल्लाह पाक। एक हफ्ते मैं अपने देखा वाले भैन भाई देखना दिखाना चाहना हाँ, क्या तुम देख रहे हो ये की हाल की है, हालत की है। एक हफ्ते के बीच में यह राशन आ गया वा, ये मुकदर आया वा कि तुम इन्हें माँ यदा बाप है नहीं, माँ है नहीं, कोई भरा है नहीं, यदि कोई भैन है नहीं, मजूर आ, अपाहज आ, डिसेबल आ, हर तरीके का, लेकिन इसके बावजूद तुम बन गया। तुम एक मामूली जहा काम करके मेहनत करके मेहनत करके पैसे कमाते हो, जिन्ना कुछ मिलता पाया वे अपना खुदा तस्वीर कर सर वो सामने बैठा। अस्सलाम वालेकुम, ठीक ठाक हो? अबू का की नाम है? अच्छा, कितने अबू? बहुत हो गया था अम्मा पिछे चले गई, बहन भाई कोई नहीं, हूं तेन किन पाल का पोसता है भाई? है भाई है ये संभालता है? अच्छा, रोटी शोटी दिंदा है? हां जी। आ वे रब ने फिर तेरे से भेजिया, इच चाह वाले चीनी सब कुछ ए विच अड्डे विच। हां जी, ठीक है। हां जी, ते पैसे लेने हैं? तेनु आए जी किन्ने? तेनु आए जी हैं? तेनु आए जी की करने से? अच्छा, हेलो खुशी तो कोई नहीं हुई? खुशी नहीं हुई? हां कोई चोरी कर खुश नहीं होता बंदा लगता थोड़े है ना आल है होर आल होर आल है होर आल आल खुश हो गए अल्लाह पाक जिस बच्चे वास्ते आसानी पैदा करे और इस आदमी वास्ते भी दुआ गो हां कि जेड़े ने हिम्मत करके जेड़ा काम चौधरियां नू नंबरदारा नू जैलदारा नू जिमीदारा नू बड़े लोगों नू करना चाहिए सीगा अपने पिंड के बच्चे वास्ते वो ना कर सके लेकिन गरीब आदमी कर सकता है अल्लाह पाक तुहाडे नाल असी भी तुहाडे नाल इंशाल्लाह मैं तुहाडा एक हफ्ते विच साल कोल कर लूंगा ठीक है बहुत शुक्रिया जिंदे वास्ते रहो अल्लाह हाफिज़।